ਕਬੀਰ ਜਾ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੀ ਦੇ ਕਰ ਮਨ ਹਟ ਸਾਰਖੇ ਸੀ ਰਾਮ ਖੱਟੀ ਹੈ ਜਮ
संग सजन सुख माने लिया तरंग कमनासी संग सजन सुख मान लिया तू दर्द कमनासी दर्द कमनासी शब्द सवारे सतगुरु ज्ञान ध्यान विच कर न जाना सारा जन ते सब ते बड़ा सतगुरु नानक जिन कद राखी ने
ਰੂਪ ਨਾਰੇਵ ਨਾ ਰੰਗ ਵਿੱਚ ਤ੍ਰਿਗੁਣ ਤੇ ਪ੍ਰਭ ਭਿੰਨ ਦਿਸੈ ਬੁਝਾਏ ਨਾਨਕ ਜਿਸ ਹੋਵੇ ਸੁਖ ਸੰਗ ਸਭ ਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਮੇਰੇ ਸਾਹਿਬਾ ਤੇਰੇ ਤੋਂ ਮਿਟਾ ਮੇਰੇ ਸਾਹਿਬਾ ਸਾਹਿਬਾ ਤੇਰੇ ਤੋਂ ਮਿਟਾਉਣਾ
Sai fora, filho de Deus,
ਵਡਿਆਈਆਂ ਦੇ ਮਾਲਕ, ਬੇਅੰਤ ਬਖਸ਼ਾਂ ਦੇ ਮਾਲਕ, ਜਿਗਰ ਜੁਗ ਅਟਲ, ਚਬਰ ਛੱਤਰ ਕੱਖ ਦੇ ਮਾਲਕ, ਹਾਜ਼ਰਾ ਹਜ਼ੂਰ, ਜ਼ਹਰਾ ਹਜ਼ੂਰ, ਸਰਬ ਕਲਾਮਰ ਹਜ਼ੂਰ, ਕਲਯੁਗ ਕੇ ਮੋਹਿਤ ਸ਼ਬਦਾਵਤਾਰ ਗੁਰਗੱਦੀ ਤੋਂ ਸੁਭਾਈ ਮਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਆਪ ਜਿਤਨੇ ਵੀ ਮਾਈ ਭਾਈ ਗੁਰੂ ਕੀ ਸਤਿਗੁਰੂ ਵਿੱਚ ਹਾਜ਼ਰੀਆਂ ਭਰ ਰਹੇ ਹੋ, ਆਓ ਸਭ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਨੂੰ ਮੁੱਖ ਰੱਖ ਕੇ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੈ ਗੁਰਪਤੀ ਦਾ ਸਿਮਰਨ ਕਰੀਏ। ਕੋਈ ਰਸਨਾ ਵੀ ਇਸ ਬਖਸ਼ਿਸ਼ ਤੋਂ ਵਾਂਝੀ ਨਾ ਰਹਿ ਜਾਏ, ਸਾਰਿਆਂ ਦੀ ਹਾਜ਼ਰੀ ਲੱਗ ਸਕੇ। ਸੋ ਆਓ ਦੋਵੇਂ ਹੱਥ ਜੋੜੋ, ਅਰੂ ਸਰਕਾਰ ਸ਼ਾਹ ਸੀ ਚੁਕਾਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਅਤੇ ਗਤਵਤੀ ਸੀ ਗੁਰਪਤੀ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਨੇ ਬਾਹਰ ਕਿਰਪਾ ਕੀਤੀ ਹੈ, ਸਰਦਾਰ ਸੋਹਣ ਸਿੰਘ ਜੀ, ਜਨਾਨੀ ਗੁਰਬਾਣੀ ਸਰਦਾਰ ਸਿੰਘ ਜੀ, ਇਹਨਾਂ ਦੇ ਭਰਾ ਗੁਰਦੀਪ ਸਿੰਘ, ਭਾਈ ਹਰਜੀਤ ਸਿੰਘ, ਭਾਈ ਸੰਤੋਖ ਸਿੰਘ, ਭਾਈ ਜਸਪਾਲ ਸਿੰਘ, ਸਾਰੇ ਪਾਠ ਪਰਿਵਾਰ ਨੂੰ ਸੱਤੇ ਪਾਤਸ਼ਾਹ ਨੇ ਬੇਅੰਤ ਛੜਿਆ ਦੀਆਂ ਬਖਸ਼ਾਂ ਬਖਸ਼ੀਆਂ ਤੇ ਕਮਾਈ ਕੀਤੀ, ਨਾਲ ਸੱਤੇ ਪਾਤਸ਼ਾਹ ਨੇ ਬਰਕਤ ਪਾਈ ਔਰ ਜਿਹੜੀਆਂ ਇਸ ਸੰਸਾਰ ਤੇ ਇੱਕ ਗ੍ਰਿਸ਼ਤੀ ਵਾਸਤੇ ਨਹੀਂ, ਗ੍ਰਿਸ਼ ਤੋਂ ਬਾਹਰ ਵੀ ਜਿਹੜਾ ਇਨਸਾਨ ਹੈ ਉਹਦੇ ਵਾਸਤੇ ਵੀ ਸਿਰੇ ਢੱਕਣ ਵਾਸਤੇ ਕੋਈ ਨਾ ਕੋਈ ਇਸ ਸਰੀਰ ਨੂੰ ਬਚਾਉਣ ਦੇ ਲਈ ਹਰ ਮਨੁੱਖ ਨੂੰ ਉਪਰਾਲਾ ਕਰਨਾ ਪੈਂਦਾ ਹੈ ਤੇ ਗ੍ਰਿਸ਼ਤੀਆਂ ਦੀ ਇੱਕ ਖਾਸ ਲੋੜ ਹੁੰਦੀ ਹੈ ਜਿੱਥੇ ਬਾਕੀ ਸਭ ਕੁਛ ਚਾਹੀਦਾ ਹੈ ਨਾਲ ਸੁੰਦਰ ਮਕਾਨ, ਸੁੰਦਰ ਮੰਦਰ ਰਹਿਣ ਵਾਸਤੇ, ਪਰਿਵਾਰ ਦੇ ਰਹਿਣ ਵਾਸਤੇ, ਜੀਆਂ ਦੇ ਰਹਿਣ ਵਾਸਤੇ, ਸਰੀਰ ਨੂੰ ਹਰ ਪ੍ਰਕਾਰ ਨੂੰ ਸੁਰੱਖਿਅਤ ਰੱਖਣ ਵਾਸਤੇ, ਟਿਕਾਣੇ ਵਾਸਤੇ ਗ੍ਰਿਸ਼ਤੀ ਦੇ ਮਨ ਦੀ ਨਹੀਂ ਹੁੰਦੀ ਹੈ ਕਿ ਇਹੋ ਜਿਹਾ ਅਸਥਾਨ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਸਾਨੂੰ ਵੀ ਬਖਸ਼ਿਸ਼ ਕਰ। ਬੇਅੰਤ ਇਹੋ ਜਿਹੀ ਇਸ ਸੰਸਾਰ ਦੇ ਵਿੱਚ ਵੀ ਗਿਣਤੀ ਹੈ, ਹੁਣ ਮੈਨੂੰ ਪੂਰਾ ਡਾਟਾ ਨਹੀਂ ਯਾਦ ਆ ਰਿਹਾ। ਪੰਚਤਤਵ ਗਿਆਨੀ ਮਸਕੀਨ ਸਾਹਿਬ ਜੀ ਆਪਣੇ ਸਮੇਂ ਵਿੱਚ ਦੱਸਦੇ ਸੀ ਉਦੋਂ ਦੀ ਗੱਲ, ਹੁਣ ਦੇਖੋ ਉਹਨਾਂ ਨੂੰ ਗਿਆ ਹੋਇਆ ਨੀ, 1600 2005-6 ਦੀ ਗੱਲ ਹੈ ਜਦੋਂ ਉਹਨਾਂ ਨੇ ਸਰੀਰ ਛੱਡਿਆ ਮਸਕੀਨ ਸਾਹਿਬ, 16-17 ਸਾਲ ਉਹਨਾਂ ਨੂੰ ਗਿਆਨ ਹੋ ਗਿਆ ਤੇ ਉਦੋਂ ਦਾ ਉਹਨੇ ਡਾਟਾ ਦੱਸਿਆ ਵੀ 50 ਕਰੋੜ ਇਨਸਾਨ ਕੇਵਲ ਬਾਹਰ ਫੁੱਟਪਾਥ ਤੇ ਸੌਂਦੇ ਗੁਰਗੱਦੀ ਜੀ, ਸਪਸ਼ਟ ਹੋ ਗਈ ਗੱਲ। ਤੇ ਇੰਨੇ ਇਨਸਾਨ ਤਾਂ ਇਸ ਧਰਤੀ ਤੇ, ਇਸ ਤੋਂ ਵੀ ਹੁਣ ਤਾਂ ਕੀ ਪਤਾ ਵੀ ਅੱਗੇ ਪਿੱਛੇ ਵੀ ਕਈ ਥਾਂ ਤਾਂ ਇਨਸਾਨ ਦੀ ਪਹੁੰਚ ਹੀ ਨਹੀਂ ਦਿੱਤੇ, ਇਨਸਾਨ ਹੋਰ ਹੋਰ ਕਬੀਲਿਆਂ ਦੇ ਰਹਿੰਦੇ ਆਪਣੇ ਤਰੀਕੇ ਨਾਲ, ਪਰ ਇਹ ਆਮ ਸਮਾਜ ਦੇ ਵਿੱਚ ਉਹਨਾਂ ਨੇ ਇਹ ਤੱਥ ਇਹ ਅੰਕੜਾ ਦਿੱਤਾ ਸੀ ਵੀ ਕਰੋੜਾਂ ਦੀ ਗਿਣਤੀ ਹੈ ਜਿਹਨਾਂ ਦੇ ਕੋਲ ਸਿਰ ਢੱਕਣ ਵਾਸਤੇ ਮਾਮੂਲੀ ਸ਼ਬਦ ਨਹੀਂ ਹੈ। ਜਦੋਂ ਆਪਾਂ ਇਹ ਗੱਲ ਵਿਚਾਰਾਂਗੇ ਨਾ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਜਾ ਕੇ ਕਸਮਤ ਕੀਤੇ ਤੇ ਫਿਰ ਬੱਲੋ ਬੱਲੀ ਸਾਡੇ ਅੰਦਰੋਂ ਕਿਉਂ ਨਾ ਸ਼ੁਕਰਾਨਾ ਨਿਕਲੇਗਾ ਗੁਰੂ ਸਾਹਿਬ ਦਾ, ਇਹ ਤਾਂ ਕੋਈ ਬਦਕਿਸਮਤੀ ਹੋਏਗਾ ਵੀ ਸਾਰਾ ਕੁਛ ਪ੍ਰਾਪਤ ਕਰਕੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤੇ ਠਾਕੁਰ ਕੋ ਰੱਬ ਮਨ ਮਾਹੇ, ਜੇ ਪ੍ਰਸਾਦ ਸੁਗੰਧਿਤ ਤਨ ਲਾਭ ਹੈ ਜਿਸ ਤੋਂ ਸਿਮਰਤ ਪਰਮ ਗਤ ਪਾਪ ਹੈ, ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ, ਮੰਦਰ ਦਾ ਜ਼ਿਕਰ ਆਇਆ ਨਾ
ਜਿਹੜਾ ਪਹਿਲਾ ਸ਼ਬਦ ਆਪਾਂ ਕਾਇਮ ਕੀਤਾ ਸੀ ਉਸ ਦੀ ਟੇਕ ਬਣਾਈ ਦਾਸ ਨੇ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਦਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਥੋੜਾ ਪਾਠ ਕਰਾਂਗੇ ਪਾਠ ਕਰਨ ਦੇ ਨਾਲ ਵਿਚਾਰਾਂਗੇ ਇਹਦੇ ਅਰਥ ਆਪਾਂ ਕਿਸੇ ਵੀ ਗੁਰਮੁਖ ਪਾਸੋਂ ਸੁਣਾਂਗੇ ਤਾਂ ਆਪ ਥੋੜਾ ਯਤਨ ਕਰਕੇ ਪੜ੍ਹਾਂਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਘਰ ਦੇ ਬਹੁਤ ਅਰਥ ਆਏ ਆ ਮੋਟੇ ਤੌਰ ਤੇ ਸਮਝਣਾ ਹੋਵੇ ਆਹ ਸਾਡਾ ਸਰੀਰ ਹੈ ਇਹਨੂੰ ਵੀ ਘਰ ਆਉਂਦੇ ਇੱਕ ਤਾਂ ਆਪਾਂ ਘਰ ਮਕਾਨ ਇੱਟਾਂ ਦਾ ਗਾਰੇ ਦਾ ਸੀਮੈਂਟ ਦਾ ਮਾਰਬਲ ਦਾ ਪਰੇ ਤੋਂ ਪਰੇ ਗੱਲ ਹੈ ਇਹ ਵੀ ਘਰ ਹੈ ਆਹ ਸਾਰੇ ਸੰਸਾਰ ਨੂੰ ਵੀ ਸੱਚੇ ਪਾਤਸ਼ਾਹ ਨੇ ਘਰ ਦਿੱਤਾ ਕਾਮ ਕ੍ਰੋਧ ਨਗਰ ਤੋਂ ਭਰਿਆ ਮੇਰੇ ਸਭ ਨੂੰ ਖੰਡਲ ਖੰਡਾ ਕਾਮ ਕ੍ਰੋਧ ਨਗਰ ਆ ਨਗਰ ਸਰੀਰ ਇਹਨੂੰ ਨਗਰ ਵੀ ਆਖਿਆ ਇਹਨੂੰ ਘਰ ਵੀ ਆਖਿਆ ਇਹਨੂੰ ਪਿੰਡ ਵੀ ਆਖਿਆ ਆਪਾਂ ਪਿੰਡ ਕਹਿੰਦੇ ਹਾਂ ਵੀ ਆਹ ਫਲਾਣਾ ਪਿੰਡ ਹੈ ਸਾਡਾ ਸਰਾਲ ਪਰ ਇਸ ਪਿੰਡੇ ਨੂੰ ਵੀ ਪਿੰਡ ਆਖਿਆ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਘਰ ਦੇ ਬਹੁਤ ਅਰਥ ਨੇ ਹੁਣ ਦੋਹਾਂ ਪੱਖਾਂ ਦੇ ਵਿੱਚ ਜੇ ਆਪਾਂ ਮੋਟੀ ਵਿਚਾਰ ਵੀ ਸਮਝੀਏ ਗੁਰਮਤਿ ਦਾ ਸਿਧਾਂਤ ਹੈ ਕਿ ਉਹ ਘਰ ਉਹ ਆਪਾਂ ਮਕਾਨ ਵੀ ਕਹਿ ਸਕਦੇ ਹਾਂ ਸਰੀਰ ਵੀ ਰੂਪੀ ਘਰ ਵੀ ਕਹਿ ਸਕਦੇ ਘਰ ਮੰਦਰ ਅਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਨਾਮ ਬਈ ਜਿੱਥੇ ਨਾਮ ਦਾ ਨਿਵਾਸ ਹੋ ਗਿਆ ਸਰੀਰ ਵਿੱਚ ਦੂਸਰਾ ਅਰਥ ਕਰਦੇ ਹੀ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਮੁਤਾਬਕ ਵੀ ਉਹ ਘਰ ਜਿੱਥੇ ਗੁਰਬਾਣੀ ਪੜ੍ਹੀ ਜਾਂਦੀ ਹੋਵੇ ਵਾਹਿਗੁਰੂ ਨੂੰ ਯਾਦ ਕੀਤਾ ਜਾਂਦਾ ਹੋਵੇ ਪਾਠ ਹੋਵੇ ਕੀਰਤਨ ਹੋਵੇ ਕੀਤਾ ਜਾਂਦਾ ਹੋਵੇ ਜਾਂ ਸੁਣਿਆ ਜਾਂਦਾ ਹੋਵੇ ਨਾਮ ਜਪਿਆ ਜਾਂਦਾ ਹੋਵੇ ਉਹ ਮਹਾਰਾਜ ਦੇ ਸੁਭਨਿਕ ਹੋ ਜਾਂਦੇ ਆ ਸੁਹਾਵਣੇ ਹੋ ਜਾਂਦੇ ਆ ਉੱਥੇ ਰਹਿਣ ਦਾ ਆਨੰਦ ਹੀ ਵੱਖਰਾ ਹੈ ਇਹ ਅਰਥ ਹੋ ਗਏ ਗੁਰਬਾਣੀ ਦੇ ਵਿੱਚੋਂ ਆਪਾਂ ਦਸ ਅਕਸਰ ਇਹ ਪ੍ਰਮਾਣ ਸੰਗਤਾਂ ਦੇ ਸਾਨੂੰ ਜਦੋਂ ਇਹੋ ਜਿਹਾ ਸਮਾਗਮ ਹੁੰਦਾ ਉੱਥੇ ਆਪਣੇ ਆਪ ਯਾਦਾਸ਼ਤ ਕਰਦੇ ਆ ਗੁਰੂ ਦੀ ਕਿਰਪਾ ਦੇ ਨਾਲ ਦੋਵੇਂ ਪੱਖ ਸੱਚੇ ਪਾਤਸ਼ਾਹ ਨੇ ਰੱਖੇ ਹੈ ਵੀ ਜਿੱਥੇ ਸਰੀਰ ਜਿਹੜਾ ਹੈ ਜੇ ਉਹ ਉਸ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਹੋਇਆ ਹੈ ਉਹਦੀ ਕੀ ਦਸ਼ਾ ਹੈ ਤੇ ਜੇ ਉਹਨੂੰ ਵਿਸਰਿਆ ਹੋਇਆ ਉਹਦੀ ਕੀ ਦਸ਼ਾ ਹੈ ਜਿਹੜੇ ਘਰ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਏ ਸੰਗਤਾਂ ਦੇ ਚਰਨ ਪਏ ਕਿਸੇ ਦਾ ਕੋਈ ਗੱਲ ਪਾਣੀ ਨਾਲ ਸੇਵਾ ਹੁੰਦੀ ਹੈ ਉਹਦੀ ਕੀ ਦਸ਼ਾ ਹੈ ਤੇ ਜਿੱਥੇ ਨਹੀਂ ਹੁੰਦੀ ਉਹਦੀ ਕੀ ਦਸ਼ਾ ਹੈ ਇਹਦੇ ਮੁਤਲਕ ਇੱਕ ਭਗਤ ਕਬੀਰ ਸਾਹਿਬ ਦਾ ਸਲੋਕ ਤੇ ਇੱਕ ਗੁਰੂ ਸਾਹਿਬਾਨ ਜੀ ਦੀ ਬਾਣੀ ਦਾ ਇਹ ਸ਼ਬਦ ਆਪਾਂ ਨੂੰ ਅਕਸਰ ਸਾਡੇ ਕੰਨੀ ਸੁਣਨ ਨੂੰ ਮਿਲ ਜਾਂਦਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਆਸਨ ਸੋਏਨ ਚੌਮਾਰੇ ਇੱਕ ਪੱਖ ਦੂਸਰਾ ਅਗਲੀ ਪੰਕਤੀ ਨੂੰ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸ੍ਰੀ ਨਗਰ ਉਜਾੜੀ ਜੀ ਇਹ ਤਾਂ ਯਾਦ ਹੈ ਗੁਰੂ ਸਾਹਿਬ ਜੀ ਦਾ ਫਲਸਫਾ ਬੜਾ ਡੂੰਘਾ ਹੈ ਸਾਸ ਕਈ ਵਾਰ ਆਪਾਂ ਦੇਖਦੇ ਹਾਂ ਸੁੰਦਰ ਸੁੰਦਰ ਮਕਾਨ ਵੀ ਹੁੰਦੇ ਆ ਲੇਕਿਨ ਉਹਨਾਂ ਦੇ ਵਿੱਚ ਜਿਹੜੇ ਰਹਿਣ ਵਾਲੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਖੁਦ ਵੀ ਇਹ ਕਹਿੰਦੇ ਸੁਣੇ ਵੀ ਜਦੋਂ ਸਾਡੇ ਕੋਲ ਕੱਚੇ ਮਕਾਨ ਸੀ ਬੜੀ ਵਧੀਆ ਜ਼ਿੰਦਗੀ ਸੀ ਹੁਣ ਸਭ ਕੁਛ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹ ਚੀਜ਼ ਨਹੀਂ ਬਣ ਰਹੀ ਉਹ ਟਿਕਾ ਉਹ ਸ਼ਾਂਤੀ ਉਹ ਸੰਯੋਗ ਪੈਦਾ ਨਹੀਂ ਹੋ ਰਿਹਾ ਇਹ ਗੱਲ ਕੀ ਹੈ ਅਸਲ ਵਿੱਚ ਜਦੋਂ ਆਪਾਂ ਪਿੱਛੇ ਥੋੜਾ ਜਿਹਾ ਵੀ ਦੇਖੀਏ ਝਾਤੀ ਮਾਰੀਏ ਵੀ ਇਹ ਵੀ ਕਾਰਨ ਬਣ ਗਿਆ ਇੱਕ ਤਾਂ ਸਮੇਂ ਦੀ ਬਾਤ ਹੈ ਮਾਇਆ ਦਾ ਯੁੱਗ ਹੈ ਚਗਾ ਚੌਂਡ ਹੈ ਸਪਸ਼ਟ ਆ ਜਾਂਦੀ ਸਾਹਮਣੇ ਗੱਲ ਵੀ ਆਪਾਂ ਇਹਨੂੰ ਕਹਿੰਦੇ ਹਾਂ ਵੀ ਇਹ ਹੈ ਤਰੱਕੀ ਤਰੱਕੀ ਹੈ ਪਰ ਜਦੋਂ ਏਸੀ ਦੇ ਬਰਾਬਰ ਆਪਾਂ ਉਹ ਅੰਦਰਲੀ ਹਾਲਤ ਦੇਖੀਏ ਮਨੁੱਖ ਦੀ ਵੀ ਕੀ ਪਹਿਲਾਂ ਮਨੁੱਖ ਕਿੱਦਾਂ ਕਲਪਦਾ ਸੀ ਅਸ਼ਾਂਤ ਸੀ ਫਿਰ ਆਪਾਂ ਬਿਲਕੁਲ ਦੇਖ ਲੈਂਦੇ ਹਾਂ ਵੀ ਬਜ਼ੁਰਗ ਕਹਿੰਦੇ ਸੀ ਕਿਸੇ ਹੋਰ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਸੀ ਉਹਨਾਂ ਦੇ ਕੋਲ ਕੋਈ ਬਹੁਤਾ ਧਨ ਪਦਾਰਥ ਆਦਿਕ ਨਹੀਂ ਵੀ ਸੀ ਲੇਕਿਨ ਟਿਕਾ ਸੀ ਸ਼ਾਂਤੀ ਸੀ ਬੜੀ ਸਹਿਜ ਦੀ ਜ਼ਿੰਦਗੀ ਸੀ ਹੁਣ
ਸਭ ਸੁਣ ਦੇ ਬਾਵਜੂਦ ਵੀ ਜਿਹੜਾ ਉਹ ਗੱਲ ਨਹੀਂ ਬਣ ਰਹੀ। ਫਿਰ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਯਾਦ ਆਉਂਦੀ ਹੈ ਕਿ ਮਹਾਰਾਜ ਤੁਸੀਂ ਦੱਸੋ ਜੀ ਕੀ ਕਹਾਣੀ ਕਰ ਮੋਟੇ ਤੌਰ ਤੇ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਅਗਵਾਈ ਬਖਸ਼ਦੀ ਹੈ, ਪਹਿਲਾਂ ਵੀ ਬਖਸ਼ਦੀ ਸੀ, ਅੱਜ ਵੀ ਬਖਸ਼ਦੀ ਹੈ, ਕਿਉਂਕਿ ਬਖਸ਼ਦੀ ਰਹਿਣਾ ਤੁਸੀਂ ਦਿਨਾਂ ਚ ਸੰਸਾਰ ਹੈ ਕਿ ਆਪਾਂ ਹੁਣੇ ਹੁਣੇ ਮਹਾਰਾਜ ਜੀ ਦੀ ਪ੍ਰਾਪਤ ਵਿਚਾਰ ਕੀਤੀ ਹੈ। ਜੁਗੋ ਜੁਗ ਘਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਦਾ ਅਖੀਰ ਤੱਕ ਅੱਖ ਤੱਕ ਲੱਗਣ ਸਾਡੇ ਨਾਲ ਬਸ ਅਸੀਂ ਜੋੜਨਾ ਹੈ ਗੁਰੂ ਸਾਹਿਬ ਮਨ ਕਰਕੇ ਸਮਝਣੀ ਹੈ, ਵਿਚਾਰ ਹੈ ਸਾਡਾ, ਗੁਰੂ ਗਿਆਨ ਹੈ। ਗੁਰੂ ਬਾਬਾ ਜੀ ਦੇ ਸ਼ਬਦ ਆਪਾਂ ਪੜ੍ਹਦੇ ਹਾਂ ਨਾ, ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਸਤ ਸੰਤੋਖ ਵਿਚਾਰ ਤਿੰਨ ਚੀਜ਼ਾਂ ਨੇ ਇਸ ਥਾਲ ਵਿੱਚ। ਵਿਚਾਰ ਬੜੀ ਜ਼ਰੂਰੀ ਹੈ, ਜਦੋਂ ਆਪਾਂ ਵਿਚਾਰ ਕਰਾਂਗੇ ਫਿਰ ਮਨ ਨੂੰ ਸ਼ਾਂਤੀ ਆਪਣੇ ਆਪ ਆਏਗੀ। ਇਹਨੂੰ ਅੱਜ ਦੀ ਭਾਸ਼ਾ 'ਚ ਕਹਿ ਲਈਏ ਕਿ ਜਦੋਂ ਮਨ ਸ਼ਾਂਤ ਹੁੰਦਾ ਹੈ ਅੱਜ ਦੇ ਮਨੁੱਖ ਦਾ, ਉਹ ਕਿਸੇ ਸਾਈਕੋਲੋਜਿਸਟ ਵਿੱਚ ਸਾਈਕੋਲੋਜਿਸਟ ਕੋਲ ਜਾਂ ਸਾਈਕੈਟ੍ਰਿਸਟ ਕੋਲ ਜਾਂਦਾ ਹੈ। ਫਿਰ ਉਸ ਬੰਦੇ ਦੀ ਗੱਲ ਸੁਣ ਕੇ ਉਹਦੇ ਅੰਦਰ ਜੋ ਸੀ ਬਾਹਰ ਨਿਕਲ ਆਉਂਦਾ, ਫਿਰ ਆਪਣੇ ਆਪ ਇਨਸਾਨ ਜਿਹੜਾ ਇਸ ਚੀਜ਼ ਵਿੱਚ ਚਲਿਆ ਗਿਆ ਜਿਹਨੂੰ ਐਂਗਜ਼ਾਇਟੀ ਡਿਪਰੈਸ਼ਨ ਜਾਂ ਹੋਰ ਬੇਅੰਤ ਨਾਮ ਨੇ, ਫਿਰ ਆਪਣੇ ਆਪ ਉਹ ਇਨਸਾਨ ਹਲਕਾ ਮਹਿਸੂਸ ਕਰਦਾ ਹੈ। ਬਸ ਗੁਰੂ ਸਾਹਿਬ ਜੀ ਨੇ ਇਹ ਬਾਬਤ ਇਸ ਬਾਬਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗਵਾਹੀ ਸਾਨੂੰ ਹਮੇਸ਼ਾ ਵਾਸਤੇ ਕਿ ਜਦੋਂ ਆਪਾਂ ਵਿਚਾਰ ਦੇ ਵਿੱਚ ਜਾਵਾਂਗੇ, ਗੁਰਬਾਣੀ ਨੂੰ ਗੁਰਪੱਤੀ ਵਿਚਾਰ ਨੂੰ ਸੁਣਾਂਗੇ ਤੇ ਸਾਨੂੰ ਉਹਨਾਂ ਸਵਾਲਾਂ ਦੇ ਜਵਾਬ ਮਿਲਣਗੇ, ਸਾਡਾ ਮਨ ਟਿਕਾ ਵਿੱਚ ਆਏਗਾ ਵੀ ਅਸੀਂ ਉਹਨਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਸਾਨੂੰ ਕਿੰਨਾ ਬਿਹਤਰ ਜੀਵਨ ਬਖਸ਼ਿਆ, ਸਟੈਂਡਰਡ ਆਫ ਲਿਵਿੰਗ ਸਾਡਾ ਜੀਵਨ ਪੱਧਰ ਕਿੰਨਾ ਉੱਚਾ ਹੈ, ਵੀ ਇਨਸਾਨ ਜਿਹੜੇ ਉੱਠਪਾ ਤੇ ਤੁਰੇ ਫਿਰਦੇ ਆ, ਇਹਨਾਂ ਦੇ ਸਿਰ ਤੇ ਕੋਈ ਛੱਤ ਨਹੀਂ, ਕੋਈ ਸੋਹਣੇ ਕੱਪੜੇ ਨਹੀਂ ਪਹਿਨਣ ਵਾਸਤੇ, ਖਾਣ ਪੀਣ ਵਾਸਤੇ ਵੀ, ਤੁਸੀਂ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਉਹ ਵਿਚਾਰੇ ਕਿੱਥੋਂ ਕਿੱਥੋਂ ਟੁੱਲ ਟੁੱਲ ਕੇ ਵੀ ਖਾਂਦੇ ਸਾਨੂੰ ਦਿਖਾਈ ਦਿੰਦੇ, ਵੀ ਇਹ ਵੀ ਜ਼ਰੂਰੀ ਹੈ, ਉਹ ਵੀ ਮਨੁੱਖ ਇੱਕ, ਅਸੀਂ ਸਾਡੇ ਕੋਲ ਪਹਿਨਣ ਵਾਸਤੇ ਅਲਮਾਰੀਆਂ ਭਰੀਆਂ ਹੋਈਆਂ ਕੱਪੜਿਆਂ ਦੀਆਂ, ਸਵਾਰੀਆਂ ਸਾਡੇ ਕੋਲ ਸਭ ਤੋਂ ਵਧੀਆ, ਰਹਿਣ ਵਾਸਤੇ ਮਕਾਨ ਸਾਡੇ ਕੋਲ, ਖਾਣ ਪੀਣ ਵਾਸਤੇ ਤਾਂ ਇੰਨੀ ਹਾਲਾਤ ਹੈ ਕਿ ਹੁਣ ਸਾਨੂੰ ਆਪ ਸੋਚਣਾ ਪੈਂਦਾ ਵੀ ਮੂਹਰੇ ਕਿੰਨੇ ਵਿਅੰਜਨ ਨੇ, ਜੇ ਮੈਂ ਖਾਧੇ ਕੀ ਮੇਰਾ ਸਰੀਰ ਇਲਾਜ ਦਿੰਦਾ ਹੈ ਕਿ ਨਹੀਂ। ਜਦੋਂ ਇਹਦਾ ਕੰਪੈਰੀਜ਼ਨ ਅਸੀਂ ਉਹਨਾਂ ਲੋਕਾਂ ਦੇ ਨਾਲ ਕਰਦੇ ਹਾਂ, ਫਿਰ ਗੁਰੂ ਸਾਹਿਬ ਕਹਿੰਦੇ ਹੁਣ ਨਿਕਲਦਾ ਨੀ ਤੇਰੇ ਅੰਦਰੋਂ ਸ਼ੁਕਰਾਨਾ, ਸ਼ੁਕਰਾਨੇ ਨੂੰ ਕਿਉਂ ਪੜ੍ਹ। ਅਸਲ ਵਿੱਚ ਅੱਜ ਦੇ ਇਨਸਾਨ ਦੀ ਸਭ ਤੋਂ ਵੱਡੀ ਦਿੱਕਤ ਕੀ ਹੈ, ਇਹਦੇ ਕੋਲ ਸਭ ਕੁਛ ਹੈ ਲੇਕਿਨ ਇਹਨੂੰ ਪਤਾ ਹੀ ਨਹੀਂ ਹੈ ਵੀ ਤੇਰੇ ਕੋਲ ਸਭ ਕੁਛ ਹੈ, ਇਹ ਕਹਿੰਦਾ ਨਹੀਂ ਹੋਰ ਕ੍ਰਿਸ਼ਨਾ ਬਿਰਲੇ ਹੀ ਕੀ ਪੁੱਜੀ ਹੈ, ਕੋਟ ਜੋੜੇ ਲਾਖ ਕਰੋੜੇ ਮਰਨਾ ਹੋ ਰਿਹਾ ਪਰੇ ਪਰੇ ਹੀ ਤੋਂ ਰੁਚੀ ਦੇਖਦਾ ਨਹੀਂ ਜਿਹੜਾ ਮੇਰੇ ਕੋਲ ਹੈ, ਪਹਿਲਾਂ ਇਹਦਾ ਨੱਕ ਮਾਰ ਲਿਆ, ਬਾਕੀਆਂ ਦੀ ਤਾਂ ਦੇਖ ਕੇ ਦੌੜ ਵਿੱਚ ਪੈ ਗਿਆ, ਭਟਕਣਾ ਵਿੱਚ ਪੈ ਗਿਆ। ਪਰ ਜੇ ਜੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਨੂੰ ਥੋੜ੍ਹਾ ਜਿਹਾ ਧਿਆਨ ਦੇ ਕੇ ਸਹਿਜ ਦੇ ਨਾਲ ਟਿਕ ਕੇ ਰੁਕ ਕੇ ਸੁਣ ਲਏ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਬਦਾਂ ਵਿੱਚ ਗੁਰੂ ਸਾਹਿਬ ਜੀ ਨੇ ਰਹਾਓ ਪੰਕਤੀ ਵਰਤੀ ਹੈ, ਰਹਾਓ ਪਾਲ ਰੁਕਣਾ ਰੁਕੋ ਭਾਈ ਟੇਕ ਸਰੀਰ ਬਣਿਆ ਸ਼ੁਕਰ ਕਰੀਏ, ਸੋਹਣੀ ਕੋਠੀ ਬਣ ਗਈ ਸ਼ੁਕਰ ਕਰੀਏ, ਸੋਹਣੀ ਸਵਾਰੀ ਮਿਲ ਗਈ ਗੱਡੀ ਮਿਲ ਗਈ ਸ਼ੁਕਰ ਕਰੀਏ, ਖਾਣ ਪੀਣ ਵਾਸਤੇ ਸਭ ਕੁਛ ਸ਼ੁਕਰ ਕਰੀਏ, ਸ਼ੁਕਰਾਨਾ ਸ਼ੁਕਰ ਕਰਨਾ ਸ਼ੁਰੂ ਕਰੀਏ, ਤੇ ਅੰਦਰ ਜਿਹੜੀ ਸਾਡੇ ਇੱਕ ਖਾਲੀ ਹਾਂ ਹੈ, ਜਿਹੜੀ ਸਾਨੂੰ ਲੱਗਦਾ ਵੀ ਸ਼ਾਇਦ ਪਦਾਰਥਾਂ ਦੇ ਨਾਲ ਮਿਲਣ ਦੇ ਨਾਲ ਭਰ ਜਾਏਗੀ, ਇਹ ਤਾਂ ਹੋ ਹੀ ਨਹੀਂ ਸਕਦਾ, ਮਹਾਰਾਜ ਜੀ ਦੀ ਫਲਸਫਾ ਨਹੀਂ ਹੈ। ਸੁੰਦਰ ਸੇਤ ਅਨੇਕ ਸੁਖ ਰਸ ਭੋਗਣ, ਪੂਰੇ ਗ੍ਰਹਿ ਸੋਏ ਨੇ ਚੰਦਨ ਸੁਗੰਧ ਲਾਏ, ਮੰਤਰੀ ਦੇ ਮਨ ਜਿੱਥੇ ਸੁਖ ਮਾਣ ਦਾ ਕਿਸ਼ ਲਾਏ, ਸੋ ਪ੍ਰਭ ਚਿੱਤ ਨਾ ਆਵੇ ਇਸ
ਇਸਕਾ ਹੀ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕੇ ਤਬਿਤ ਮਨ ਦੀ ਆ ਰਹਿ ਸੇ ਤਤ ਕੋਜ ਕੋਜ ਤਤ ਵਿਚਾਰੇ ਦਾਸ ਪਵਿੱਤ ਪਰਾਏ ਅਵਨਾਸ਼ੀ ਕੇਮ ਜਹਨ ਜੇ ਨਾਨਕ ਸਦਾ ਸਿਮਰ ਪਰਾਏ ਕੋਜ 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 ਵਿਚਾਰਾ ਬਿਨ ਹਰ ਭਜਨ ਨਹੀਂ ਆ ਪਰਮਾਤਮਾ ਦਾ ਸਿਮਰਨ ਚਾਹੇ ਸ਼ੁਕਰ ਕਰਕੇ ਕਰੋ ਜਾਂ ਵੈਸੇ ਟਿੱਕੇ ਕਰੀ ਚੱਲੋ ਜਦੋਂ ਜੁੜਾਂਗੇ ਤਾਂ ਅੰਦਰ ਚੀਜ਼ ਚੀਜ਼ ਜਿਹੜੀ ਕਹਿੰਦੀ ਹੋਰ 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 ਪਤਾ ਨਹੀਂ ਹੈ ਵੀ ਇਹ ਤਾਂ ਕ੍ਰਿਸ਼ਨ ਹੈ ਲੋੜਾਂ ਬਹੁਤ ਸੀਮਤ ਹੋ ਗਈਆਂ ਇਸ ਕਰਕੇ ਗੁਰੂ ਬਾਬਾ ਜੀ ਨੇ ਸਾਡੀ ਝੋਲੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾਈ ਹੈ ਭਾਈ ਉਹ ਦਾਤਾ ਹੈ ਉਹਨੇ ਸਭ ਕੁਛ ਦਿੱਤਾ ਕਰਨਾ ਰੋਟੀ ਸੋਨਾ ਮੰਦਰ ਉਹਦਾ ਹੈ ਉਹਦੀ ਸ਼ਰਨ ਵਿੱਚ ਜਾ ਕੇ ਸ਼ੁਕਰ ਕਰ ਸੱਚੇ ਪਾਤਸ਼ਾਹ ਮੈਨੂੰ ਜਾਂਚ ਨਹੀਂ ਹੈ ਪਰ ਕਹਿੰਦੇ ਆ ਜਾਤ ਅਸੀਂ ਦੱਸ ਰਹੇ ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਸ ਪ੍ਰਕਾਰ ਨਾਲ ਜਾਤ ਦੱਸ ਰਹੇ ਹਨ ਵੀ ਜੋ ਤੇਰੇ ਕੋਲ ਪਹਿਲਾਂ ਹੈ ਹੀ ਹੈ ਉਪਲਬਧ ਬਸ ਉਹਨੂੰ ਧਿਆਨ ਵਿੱਚ ਲਿਆ ਵੀ ਤੇਰੇ ਕੁਛ ਹੈ ਤੇਰੇ ਕੋਲ ਹੀ ਹੈ ਸਾਰੇ ਪ੍ਰਭ ਜੀਓ ਪ੍ਰਭ ਜੀਓ ਤੇਰੋ ਸਾਜੇ ਆਇਆ
ਚਿੰਤਾ ਸਗਜ ਬਿਨਾਸੀ ਸਤਿਗੁਰ ਨਾਮ ਕੀਤਾ
ਉਹ ਤੀਰਥ ਸਥਾਨ ਬਣ ਗਏ। ਉਹ ਕੀ ਸਥਾਨ ਬਣ ਗਿਆ? ਜਿੱਥੇ ਜਾਏ ਵਹੈ ਮੇਰਾ ਸਤਿਗੁਰੂ ਸੋ ਥਾਪ ਸੁਹਾਵਾ ਰਾਮ ਰਾਤੇ, ਗੁਰਸਿੱਖੀ ਸੋ ਥਾਪ ਭਾਲਿਆ ਮੈਂ ਗੁਰੂ ਨੂੰ ਖਿਲਾਵਾ। ਗੁਰੂ ਸਾਹਿਬ ਪਹੁੰਚੇ ਤੇ ਬਿਰਾਜਮਾਨ ਹੋਏ, ਸਾਨੂੰ ਕੋਈ ਉਪਦੇਸ਼ ਦਿੱਤਾ। ਅੱਜ ਉਹਨਾਂ ਸਥਾਨਾਂ ਦੀ ਗੱਲ ਕੋਈ ਅਸੀਂ ਮੱਥੇ ਤੇ ਲਓ। ਕਹਿਣ ਤੋਂ ਭਾਵ ਜਿੱਥੇ ਗੁਰੂ ਸਾਹਿਬ ਬਿਰਾਜਮਾਨ ਹੋ ਜਾਣ ਉਹ ਸਥਾਨ ਪਵਿੱਤਰ ਹੋ ਜਾਂਦਾ। ਹੁਣ ਗੱਲ ਆਉਂਦੀ ਹੈ ਕਿ ਦਸ ਗੁਰੂ ਸਾਹਿਬਾਨ ਤੋਂ ਬਾਅਦ ਹੁਣ ਸਾਡੇ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੇ ਪਾਸ ਹੁਣ ਸਾਡਾ ਗੁਰੂ ਹੈ ਗੁਰਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵ ਜਨ ਮਰਨਾ ਪ੍ਰਤੱਖ ਗੁਰੂ ਪ੍ਰਤੱਖ ਨੇ ਪ੍ਰਤੱਖ। ਜੇ ਕੋਈ ਕਹੇ ਕਿ ਮੈਂ ਬਚਨ ਕਰਨਾ ਚਾਹੁੰਦਾ, ਬਚਨ ਸੁਣਨਾ ਚਾਹੁੰਦਾ, ਜਿਹੜਾ ਗੁਰਸਿੱਖ ਬਾਣੀ ਸੁਣੇਗਾ ਗੁਰੂ ਸਾਹਿਬ ਦੇ ਬਚਨ ਸੁਣੇਗਾ, ਜਿਹੜਾ ਕਹਿੰਦਾ ਮੈਂ ਗੁਰੂ ਸਾਹਿਬ ਨਾਲ ਬਚਨ ਕਰਨੇ ਹੈ ਉਹ ਗੁਰਬਾਣੀ ਖੁਦ ਪੜ੍ਹੇ। ਗੁਰੂ ਸਾਹਿਬ ਜੀ ਦੇ ਇਤਿਹਾਸ ਵਿੱਚ ਦੱਸ ਬੇਨਤੀ ਕਰ ਰਿਹਾ, ਜਿਹੜਾ ਕਹਿੰਦਾ ਮੈਂ ਗੁਰੂ ਸਾਹਿਬ ਨਾਲ ਬਚਨ ਕਰਨੇ, ਮੈਂ ਗੱਲਾਂ ਕਰਨੀਆਂ ਚਾਹੁੰਦਾ, ਉਹ ਬਾਣੀ ਆਪ ਬਾਣੀ ਸ਼ੁਰੂ ਕਰੇ, ਗੁਰੂ ਸਾਹਿਬ ਗੱਲਾਂ ਕਰਦੇ ਸਾਰੇ ਸਵਾਲਾਂ ਦੇ ਜਵਾਬ ਦੇ ਸਾਖੀਆਂ ਦੇ ਸਾਹਮਣੇ। ਗੁਰਬਾਣੀ ਨੂੰ ਪੜ੍ਹਨਾ ਗੁਰੂ ਸਾਹਿਬ ਜੀ ਨਾਲ ਗੱਲਾਂ ਕਰਨੀਆਂ, ਗੁਰਬਾਣੀ ਨੂੰ ਸੁਣਨਾ ਗੁਰੂ ਸਾਹਿਬ ਜੀ ਦੇ ਬਚਨ ਨੂੰ ਸੁਣਨਾ। ਜਦੋਂ ਆਪਾਂ ਗੁਰੂ ਸਾਹਿਬ ਜੀ ਦੀ ਚਰਨ ਛਾਂ ਵਿੱਚ ਬੈਠ ਕੇ ਇਹ ਭਾਵਨਾ ਬਣਾਵਾਂਗੇ ਨਾ ਕਿ ਸਾਰੀਆਂ ਗੱਲਾਂ ਜਿਹੜੀਆਂ ਗੁਰੂ ਸਾਹਿਬ ਜੀ ਦੇ ਦੇਹੀ ਦੇ ਮੁੰਡਿਆਂ ਗੁਰੂ ਸਿੱਖਾਂ ਦੀ ਝੋਲੀ ਵਿੱਚ ਪੈਂਦੀਆਂ ਸੀ ਅੱਜ ਵੀ ਹਾਜ਼ਰ ਨਾ ਕਰਦੇ ਖਾਸ, ਅਸੀਂ ਮੰਗਣੇ ਹੀ ਗੁਰੂ ਗ੍ਰੰਥ ਸਾਹਿਬ ਤੇ ਇਹ ਇਹੋ ਜਿਹੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਹਨਾਂ ਵਰਗਾ ਹੋਰ ਕੋਈ ਵੀ ਸੰਸਾਰ ਦੇ ਗੁਰੂ ਨਹੀਂ, ਇਹਨਾਂ ਨੇ ਹਮੇਸ਼ਾ ਰਹਿਣਾ ਅਹਿਸਾਸ। ਇਸ ਕਰਕੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੁਸ ਕੇਵਲ ਪਵਨ ਕਰਦੇ, ਅਸੀਂ ਭਰੋਸਾ ਪੈਦਾ ਕਰਦੇ ਹਾਂ ਤੇ ਭਰੋਸੇ ਵਾਸਤੇ ਗੁਰਮੁਖਾਂ ਨੇ ਅਰਦਾਸ ਵਿੱਚ ਜ਼ਿਕਰ ਵੀ ਕਰ ਦਿੱਤਾ। ਆਪਾਂ ਪੜ੍ਹਦੇ ਹਾਂ ਨਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਅੱਗੇ ਕੀ ਹੈ ਭਰੋਸਾ ਦਾਨ। ਇਹ ਵੀ ਦਾਨ ਆਪਾਂ ਗੁਰੂ ਸਾਹਿਬ ਜੀ ਤੋਂ ਮੰਗ ਲਏ, ਸਾਡਾ ਭਰੋਸਾ ਨਹੀਂ ਹੈ ਅਸੀਂ। ਜਦੋਂ ਭਰੋਸਾ ਬਣ ਗਿਆ ਫਿਰ ਸਭ ਕੁਛ ਹੀ ਹੈ, ਅਸੀਂ ਵੀ ਮੰਨ ਲਈਏ ਸੱਚੇ ਪਾਤਸ਼ਾਹ ਸਾਨੂੰ ਭਰੋਸੇ ਦੀ ਗੱਲ ਪੁੱਛੋ, ਅਸੀਂ ਡੋਲੀਏ ਨਾ। ਮਹਾਰਾਜ ਕਹਿੰਦੇ ਫਿਰ ਅਰਦਾਸ ਕਰਿਆ ਕਰੋ, ਡੰਡੋਤ ਬੰਧਨ ਸਮਿਤ ਪਾਤ ਸਭ ਕਲਾ ਸਮਰੱਥ, ਡੋਲਣ ਤੇ ਰੰਗੋ ਪ੍ਰਭੂ ਨਾਮ ਵਿੱਚ ਦੇਖ ਕਰ। ਇਹ ਭਰੋਸਾ ਮੰਗਣਾ ਹੈ, ਡੋਲਣ ਤੇ ਰੰਗੋ ਪ੍ਰਭੂ ਭਰੋਸੇ ਦੀ ਗੱਲ ਪੁੱਛਿਆ। ਮਹਾਰਾਜ ਅਸੀਂ ਡੋਲਦੇ, ਡੋਲਦਾ ਕੀ ਹੈ ਭਰੋਸਾ ਹੈ। ਮੈਂ ਬਾਣੀ ਸੁਣੀ ਸੀ, ਮੈਂ ਗੁਰੂ ਘਰ ਵੀ ਜਾਂਦਾ ਸੀ, ਮੰਨਦੇ ਹਾਂ ਜੀ ਗੁਰੂ ਨੂੰ ਪਰ ਸਾਡੀ ਗੱਲ ਨਹੀਂ। ਮਹਾਂਪੁਰਖ ਸ਼੍ਰੀਮਤ ਸਤਿਨਾਮ ਦਾ ਨਰਸਿੰਘ ਜੀ ਮਹਾਰਾਜ ਦਾ ਬਚਨ ਕਹਿ ਕੇ ਸਮਾਂ ਸਮਾਪਤ ਵੀ ਕਰ ਪਏ, ਸ਼ਾਮਾ ਵੀ ਆ ਗਿਆ। ਫਿਰ ਆਪਾਂ ਅਰਦਾਸ ਅਰਦਾਸ ਕੋ ਜੋੜ ਕੇ ਫਿਰ ਗੁਰੂ ਘਰ ਸ਼੍ਰੀਮਾਨ ਸੰਤ ਬਾਬਾ ਗ੍ਰੰਥ ਸਿੰਘ ਜੀ ਮਹਾਰਾਜ ਪ੍ਰੇਰਣਾ ਵਾਲਿਆਂ ਦਾ ਵਚਨ ਹੈ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰੀ ਨਹੀਂ ਪਈ ਉਹਦੀ ਕਿਤੋਂ ਵੀ ਪੈਣੀ, ਤੇ ਜਿਹੜੀ ਕਿਤੋਂ ਦੀ ਪਈ ਤੇ ਗੁਰੂ ਗ੍ਰੰਥ ਸਾਹਿਬ ਤੋਂ ਮੰਗੇ ਪਏਗੀ। ਉਹਨੇ ਇਹਨਾਂ ਨੇ ਕਮਾਈਆਂ ਕੀਤੀਆਂ, ਸਾਰਾ ਜੀਵਨ ਲਾਇਆ ਉਹਨਾਂ ਦੇ ਵਿੱਚ, ਬਸ ਇਹਦੇ ਵਿੱਚ ਕੰਮ ਚਾਹੀਏ ਵੀ ਆਪਾਂ ਨੂੰ ਮੰਨਣਾ ਪੈਣਾ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਇੱਕ ਗੁਰੂ ਸਾਹਿਬ ਦੀ ਮੰਗਣੀ ਪੈਣੀ, ਜੀ ਇਹਦੀ ਇੱਕ ਟੇਕ ਇੱਕ ਦੇ ਭਰੋਸਾ। ਪਰ ਔਖਾ ਹੈ, ਪਰ ਇਸ ਔਖੀ ਚੀਜ਼ ਵਾਸਤੇ ਵੀ ਦਾਤ ਗੁਰੂ ਗ੍ਰੰਥ ਸਾਹਿਬ ਪਾਸੋਂ ਮੰਗੀਏ ਸੱਚੇ ਪਾਤਸ਼ਾਹ, ਜਿੱਥੇ ਅਸੀਂ ਸਿੱਖੀ ਦਾਨ, ਕੇਸ ਦਾਨ ਮੰਗਦੇ ਹਾਂ, ਰਹਿ ਦਾਨ ਮੰਗਦੇ ਹਾਂ, ਵਿਸਾਹ ਦਾਨ, ਉੱਥੇ ਕਿਰਪਾ ਕਰੋ ਸਾਨੂੰ ਭਰੋਸਾ ਦਾਨ ਬਖਸ਼ੋ, ਭਰੋਸੇ ਦਾ ਦਾਨ। ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੇ ਬਣਦਾ ਤੇ ਹੋਰ ਕਿਸੇ ਮਸੀਹ ਨਹੀਂ, ਗੁਰੂ ਗ੍ਰੰਥ ਸਾਹਿਬ ਮਸੀਹ ਬਣਦਾ ਤੇ ਗੁਰੂ ਸਾਹਿਬ ਹੀ ਹਾਜ਼ਰ ਨਾਜ਼ਰ ਹਨ। ਸਾਰੀਆਂ ਦਾਤਾਂ ਗੁਰੂ ਸਾਹਿਬ ਜੀ ਨੇ ਕਿਰਪਾ ਕਰਨ, ਉਹਨਾਂ ਦੇ ਚਰਨ ਸ਼ਬਦ ਬਸ ਗੁਰੂ ਕਿਰਪਾ ਕਰੇ। ਅੱਜ ਇਸ ਦਾਤ ਪ੍ਰਾਪਤ ਹੋਣ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਰਹੇ ਸਰਦਾਰ ਸੋਹਣ ਸਿੰਘ ਜੀ, ਉਹਨਾਂ ਦੇ ਸਪੁੱਤਰ ਭਾਈ ਹਰੀਕ ਸਿੰਘ ਜੀ, ਸਰਦਾਰ ਕੁਲਦੀਪ ਸਿੰਘ, ਭਾਈ ਰਣਜੀਤ ਸਿੰਘ, ਭਾਈ ਸੰਤੋਖ ਸਿੰਘ, ਭਾਈ ਜਸਪਾਲ ਸਿੰਘ, ਸਾਰੇ ਪਾਤਰ ਗਾਵੇ ਕੋ ਦਾਤ ਜਾਣੇ ਨਿਸ਼ਾਨ, ਇਸ ਦਾਤ ਨੂੰ ਨਿਸ਼ਾਨੀ ਸਮਝ ਕੇ ਗੁਰੂ ਸਾਹਿਬ ਦਾ ਸ਼ੁਕਰ। ਗੁਰੂ ਸਾਹਿਬ ਕਿਰਪਾ ਕਰ ਕਿਤੇ ਕਥਾ ਉਹਨਾਂ ਨੂੰ ਇਸ ਨਵੇਂ ਮਕਾਨਾਂ ਦੀ, ਨਵੇਂ ਮੰਦਰਾਂ ਦੀ, ਨਵੀਂ ਕੋਠੀ ਦੀ ਮੁਬਾਰਕਬਾਦ ਦਿੰਦਾ, ਅਰਦਾਸ ਕਰੇਗਾ ਸੱਚੇ ਪਾਤਸ਼ਾਹ ਕਿਰਪਾ ਕਰ ਦੇਸ਼ ਵਿੱਚ ਰਹਿਣ ਵਾਲੇ ਨਾਮ ਚੱਪਾਂਗੇ
ਗੁਰਬਾਣੀ ਦਾ ਕਰਮਾਂ ਦੇ ਹਿਰਦੇ ਵਿੱਚ ਬਣਿਆ ਰਹੇ, ਏਕਤਾ ਇੱਕ ਪਾਤ ਸ਼ਾਸਨ ਕੁਰ ਦੀ ਨਾਮ ਸਾਰੀ ਸੰਗਤ ਨੇ ਆਪਣਾ ਆਪਣਾ ਦਾਸ ਦੀ ਸ਼ਾਨ ਜੋੜ ਕੇ ਮੰਗਣੀ ਹੈ। ਸੋ ਆਓ ਆਖਰੀ ਪੰਕਤੀ ਤੇ ਸ਼ਾਮ ਦੀਆਂ ਗੈਰ ਕਰਕੇ ਫਿਰ ਜਿਤਨੇ ਵੀ ਦੂਰ ਨੇੜੇ ਪਹੁੰਚੇ ਸਾਰੀ ਸੰਗਤ ਹਾਰਦਿਕ ਤੌਰ ਤੇ ਧੰਨਵਾਦ। ਗੁਰਬਾਣੀ ਕੀਰਤ ਵਿਚਾਰਾ ਕਰਦੇ ਹੋਈਆਂ ਉਹਨਾਂ ਦੀ ਖੇਵਾ ਬਖਸ਼ਿਸ਼ ਕਰੋ, ਅੱਗੇ ਵਾਸਤੇ ਸਮਰਥ ਵਾਸਤੇ ਆਪਣੀਆਂ ਅਸੀਸਾਂ ਬਖਸ਼ੋ, ਗੁਰੂ ਸਾਹਿਬ ਦੇ ਚਰਨ ਤੇ ਅਰਦਾਸ ਕਰੋ। ਸਾਨੂੰ ਹਰੀ ਭਰਨ ਦੀ ਜਾਚ ਆ ਜਾਏ। ਸਾਊਂਡ ਵਾਲੇ ਵੀਰ ਦਾ ਵੀ ਧੰਨਵਾਦ ਹੈ, ਇਹਦੇ ਨਾਲ ਇੱਕ ਆਵਾਜ਼ ਆਪ ਸੰਗਤਾਂ ਤੱਕ ਪਹੁੰਚਾਈ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਂ ਸਤਿਗੁਰ ਮੈਂ ਪਾਇਆ ਸਤਿਗੁਰ ਪਾਇਆ ਸਹਿਜ ਸੇ ਮਨਪਤੀਆਂ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ
Get me to be now.